ਸਟੇਸ਼ਨ ਨੂੰ ਅਸੀਂ 10:30 ਵਜੇ ਭੇਜਦਾ ਗੋਲੀ ਚੱਲੀ ਆ ਉੱਥੇ ਅਤੇ ਅਸੀਂ ਚੌਂਕ ਦੇ ਵਿੱਚ ਉੱਥੇ ਬਾਬਾ ਜੀਵਨ ਸਿੰਘ ਗੁਰਦੁਆਰੇ ਗਏ ਹਾਂ ਲਾਗੇ ਬੰਨੇ ਉੱਥੇ ਆਸ ਪਾਸ ਤੋਂ ਸਾਰਿਆਂ ਨੂੰ ਪੁੱਛਿਆ ਵੀ ਉਹਨਾਂ ਨੇ ਵੀ ਗੋਲੀ ਇੱਥੇ ਕੋਈ ਨਹੀਂ ਚੱਲੀ ਉਹਦੇ ਵੀ ਕੋਈ ਇਹ ਗੋਲੀ ਦਾ ਕੋਈ ਖੜਾਕ ਨਹੀਂ ਸੁਣਿਆ ਸਵੇਰੇ ਲੱਗਾ ਇਹਨਾਂ ਵੀ ਖਰੇ ਕੋਈ ਫੋਟੋਜ਼ ਵੇਖੇ ਆ ਉਹਦੀ ਸੀਡੀ ਲੈ ਰਹੇ ਹਾਂ ਅਸੀਂ ਜੋ ਵੀ ਤਸਦੀਕ 'ਤੇ ਕਾਰਵਾਈ ਉਹ ਕੀਤੀ ਜਾਏਗੀ 5 ਤਰੀਕ ਨੂੰ ਕਾਲੇ ਨੇ ਫੋਨ ਕੀਤਾ ਮੈਨੂੰ ਹਾਂਜੀ 5 ਤਰੀਕ ਨੂੰ ਕਾਲੇ ਨੇ ਫੋਨ ਕੀਤਾ ਕਹਿੰਦਾ ਤੂੰ ਸਾਨੂੰ ਵੋਟਾਂ ਕਿਉਂ ਨਹੀਂ ਪਾਈਆਂ ਕਾਲੇ ਨੇ ਵੋਟਾਂ ਕਿਉਂ ਨਹੀਂ ਪਾਈ ਤੂੰ ਕਾਰਨ ਸੂ ਵੋਟਾਂ ਕਿਉਂ ਪਾਈਆਂ ਮੈਂ ਸਾਡੀ ਮਰਜ਼ੀ ਜਿੱਥੇ ਮਰਜ਼ੀ ਵੋਟ ਪਾਈਏ ਫਿਰ ਇਹਨਾਂ ਜਾਣੋ ਮਾਰੇ ਧਮਕੇ ਦਿੱਤੀਆਂ ਕੁੱਤਿਆਂ ਚੂੜਿਆ ਸਭ ਕੁਝ ਕਿਹਾ ਇਹਨਾਂ ਨੇ ਉਸ ਤੋਂ ਬਾਅਦ 'ਚ ਰਾਤੀ ਕੌਲੇ ਨੇ ਮੈਨੂੰ ਫੋਨ ਕੀਤਾ ਕੌਲਾ ਕਹਿੰਦਾ ਵੀ ਕਿੱਥੇ ਆ ਮੈਂ ਘਰ ਆ ਅਤੇ ਉਹ ਸਿੱਧੇ ਘਰ ਆ ਕੇ ਪਹਿਲਾਂ ਅੰਦਰ ਉਹਨਾਂ ਬੂਹਾ ਖੜਕਾਇਆ ਮੇਰੇ ਬਾਪੂ ਨੇ ਬੂਹਾ ਖੋਲਿਆ ਉਹਨਾਂ ਆ ਕੇ ਮੇਰੇ ਬਾਪੂ ਦੀ ਚਪੇੜਾਂ ਮਾਰੀਆਂ ਗਾਲੀ ਗਲੋਚ ਕੀਤਾ ਫਿਰ ਸਾਡੇ ਅੰਦਰ ਦੇ ਬੂਹੇ ਲੱਤਾਂ ਮਾਰ ਕੇ ਸਾਨੂੰ ਕਹਿੰਦੇ ਕੁੱਤੇ ਬਾਹਰ ਨਿਕਲ ਉੱਠਦੇ ਸਾਹਿਬ ਸਿੰਘ ਘਰਿੰਡੀ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਜ਼ਿਲ੍ਹਾ ਪ੍ਰਧਾਨ ਹਾਂ ਇੰਟਕ ਤੋਂ ਅਤੇ ਜੋ ਚਗਾਵਾਂ ਵਿੱਚ ਘਟਨਾ ਹੋਈ ਹੈ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਇਹ ਸਾਡੇ ਦਲਿਤ ਕਮਿਊਨਿਟੀ ਨੂੰ ਦਬਾਅ ਧਮਕਾ ਕੇ ਗੋਲੀਆਂ ਚਲਾ ਕੇ ਅਤੇ ਅਕਾਲੀ ਭਾਜਪਾ ਨੂੰ ਵੋਟ ਪਾਉਣਾ ਚਾਹੁੰਦੇ ਨੇ ਅਗਰ ਜੇ ਅਕਾਲੀ ਭਾਜਪਾ ਨੂੰ ਵੋਟ ਨਹੀਂ ਕਰੋਗੇ ਤਾਂ ਜਾਨ ਮਾਲ ਦੀ ਆਪ ਜ਼ਿੰਮੇਵਾਰ ਹੋਵੋਗੇ